ਅੱਜ ਅਸੀਂ ਯੋਗਾ ਦੇ ਖੜੇ ਹੋਣ ਵਾਲੇ ਹੋਰ ਆਸਣ ਕਰਾਂਗੇ। ਸਭ ਤੋਂ ਪਹਿਲਾਂ ਤਿਕੋਣ ਆਸਣ। ਇਸ ਵਿੱਚ ਲੱਤਾਂ ਨੂੰ ਜਿੰਨਾ ਖੋਲ ਸਕਦੇ ਹੋ ਖੋਲੋ ਅਤੇ ਸੱਜੀ ਬਾਂਹ ਨਾਲ ਖੱਬੇ ਗੂਠੇ ਨੂੰ ਫੜਨ ਦੀ ਕੋਸ਼ਿਸ਼ ਕਰੋ। ਇਹ ਆਸਣ ਦੋਨੋਂ ਪਾਸੇ ਬਰਾਬਰ ਝੁੱਕ ਕੇ ਕਰਨਾ ਹੈ। ਇਸ ਆਸਣ ਨੂੰ ਕਰਨ ਦਾ ਇੱਕ ਹੋਰ ਤਰੀਕਾ ਹੈ ਜਿਸ ਵਿੱਚ ਪੂਰੇ ਸਰੀਰ ਨੂੰ ਇੱਕ ਪਾਸੇ ਝੁਕਾਇਆ ਜਾ ਸਕਦਾ ਹੈ। ਇਸ ਪੋਜੀਸ਼ਨ ਨੂੰ ਵੀ ਦੋਨੋਂ ਪਾਸੇ ਬਰਾਬਰ ਹੋਲਡ ਕਰਨਾ ਹੈ। ਦੂਸਰਾ ਵੀਰ ਆਸਣ। ਇੱਕ ਲੱਤ ਨੂੰ ਅੱਗੇ ਰੱਖ ਕੇ ਪਿਛਲੀ ਲੱਤ ਨੂੰ ਖਿੱਚਦੇ ਹੋਏ ਦੋਨੋਂ ਹੱਥ ਜੋੜ ਕੇ ਪਿੱਛੇ ਨੂੰ ਝੁਕਣਾ ਹੈ। ਇਸ ਆਸਣ ਨਾਲ ਤੁਹਾਡੇ ਪੱਟਾਂ ਅਤੇ ਪਿੰਡਲੀਆਂ ਵਿੱਚ ਖਿੱਚ ਮਹਿਸੂਸ ਹੋਏਗੀ। ਪਿੱਠ ਦਰਦ ਲਈ ਵੀ ਇਹ ਆਸਣ ਬਹੁਤ ਲਾਭਦਾਇਕ ਹੈ। ਤੀਸਰਾ ਚੇਅਰ ਪੋਜ਼ ਜਾਂ ਕੁਰਸੀ ਆਸਣ। ਇਸ ਵਿੱਚ ਝੁੱਕ ਕੇ ਆਪਣੇ ਇਸ ਪੋਜੀਸ਼ਨ ਨੂੰ ਹੋਲਡ ਕਰਨਾ ਹੈ। ਇਸ ਤਰ੍ਹਾਂ ਦੇ ਹੋਰ ਕੰਟੈਂਟ ਵਾਸਤੇ ਇਸ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ।